ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਇਹਨੂੰ ਵਿਸਾਰੇ ਬੋਲਣਾ ਹੈ। ਇੱਕ ਛੋਟਾ ਜਿਹਾ ਨਿਯਮ ਅਸੀਂ ਆਪਣੇ ਦਿਮਾਗ ਵਿੱਚ ਰੱਖ ਲਈਏ, ਜਦੋਂ ਅਸੀਂ ਅਰਥ ਕਰਦੇ ਹਾਂ ਨਾ, ਉਹਦਾ ਅਖੀਰ ਦੇਖੋ ਕਿੱਥੇ ਸਮਾਪਤ ਹੁੰਦਾ ਹੈ, ਉਸ ਨੂੰ ਤੂੰ ਮਨ ਤੋਂ ਕਿਉਂ ਭੁਲਾਉਂਦਾ ਹੈ। ਹੈ ਤੇ ਬਿੰਦੀ ਲਾਉਂਦੇ ਕਿ ਨਹੀਂ ਲਾਉਂਦੇ, ਅਸੀਂ ਲਾਉਂਦੇ ਹਾਂ ਨਾ, ਜਦੋਂ ਅਰਥ ਐਵੇਂ ਹੋਣਗੇ ਤੇ ਉੱਥੇ ਵਿਸਾਰੇ ਉੱਥੇ ਬਿੰਦੀ ਲਾਉਣੀ ਪਏਗੀ। ਜਦੋਂ ਇੱਦਾਂ ਆਵੇ ਮੈਂ ਉਹਨੂੰ ਮਨ ਤੋਂ ਕਿਉਂ ਭੁਲਾਉਂਦਾ ਹਾਂ, ਉੱਥੇ ਹਾਂ ਤੇ ਵੀ ਬਿੰਦੀ ਲਾਉਂਦੇ ਹਾਂ ਨਾ, ਉਸ ਸਮੇਂ ਵੀ ਜਿਹੜਾ ਸ਼ਬਦ ਲਿਖਿਆ ਹੋਏਗਾ ਅਸੀਂ ਬਿੰਦੀ ਲਗਾਵਾਂਗੇ। ਉਹ ਕਿਉਂ ਮਨ ਤੋਂ ਭੁਲਾਉਂਦਾ ਹੈ, ਹੁਣ ਦੇਖੋ ਇੱਥੇ ਬਿੰਦੀ ਨਹੀਂ ਹੈ, ਉਹ ਮਨ ਤੋਂ ਕਿਉਂ ਭੁਲਾਉਂਦਾ ਹੈ, ਉਦੋਂ ਬਿੰਦੀ ਨਹੀਂ ਹੈ। ਬਸ ਅਸੀਂ ਵੇਖਣਾ ਵੀ ਇਹ ਸ਼ਬਦ ਦੇ ਅਰਥ ਕੀ ਨੇ। ਇੱਥੇ ਗੱਲ ਚੱਲ ਗਿਆ ਮਨ ਦੇ ਨਾਲ, ਮਨ ਨੂੰ ਕਿਹਾ ਜਾ ਰਿਹਾ ਸੋ ਕਿਉਂ ਮਨੋ ਵਿਸਾਰੇ, ਤੂੰ ਉਹਨੂੰ ਮਨ ਤੋਂ ਕਿਉਂ ਭੁਲਾਉਂਦਾ ਹੈ। ਉਹ ਹੈ ਤਾਂ ਨਿਕਲੇਗਾ ਜੇ ਆਪਾਂ ਵਿਸਾਰੇ ਬੋਲਾਂਗੇ ਇਸਨੂੰ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ, ਮੈਂ ਕਿਸੇ ਗੱਲ ਨੂੰ 20 ਵਾਰੀ ਵੀ ਕਹਾਂ ਨਾ ਤਾਂ ਜ਼ਰੂਰੀ ਨਹੀਂ ਇਹਨੂੰ ਸੁਣਿਆ ਜਾਵੇ, ਮੈਂ ਗਲਤ ਵੀ ਕਹਿ ਸਕਦਾ। ਪਰ ਧੰਨ ਗੁਰੂ ਅਮਰਦਾਸ ਜੀ ਇੱਕ ਵਾਰੀ ਵੀ ਕਿਸੇ ਗੱਲ ਨੂੰ ਕਹਿਣ ਨਾ ਤੇ ਸਾਨੂੰ ਛੱਡਣੀ ਨਹੀਂ ਚਾਹੀਦੀ। ਕਿਉਂ? ਕਿਉਂਕਿ ਧੰਨ ਗੁਰੂ ਅਮਰਦਾਸ ਜੀ ਵਰਗਾ ਕੋਈ ਨਹੀਂ ਹੈਗਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੇ ਵਰਗਾ ਤੂੰ ਹੀ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਾਰਾਇਣ ਰੂਪ ਹੈ ਗੁਰੂ ਤੇ, ਫਿਰ ਉਹਦੀ ਗੱਲ ਨਾ ਸੁਣੀ ਜਾਵੇ। ਹੁਣ ਇਸ ਪੌੜੀ ਵਿੱਚ ਇੱਕ ਗੱਲ ਨੂੰ 4 ਵਾਰੀ ਕਿਹਾ ਗਿਆ, ਇੱਕੋ ਗੱਲ ਨੂੰ 4 ਵਾਰੀ ਕਿਹਾ ਗਿਆ, ਧਿਆਨ ਦਿੱਤਾ ਹੋਵੇਗਾ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਐ ਮਨਾ ਤੂੰ ਹਮੇਸ਼ਾ ਰੱਬ ਦੇ ਨਾਲ ਰਹਿ। ਦੁਆਰਾ ਫਿਰ ਕਿਹਾ ਹਰ ਨਾਲ ਰਹੋ ਤੂੰ ਮਨ ਮੇਰੇ। ਪਾਠ ਕਰਨ ਲੱਗਿਆਂ ਕੁਛ ਗੱਲਾਂ ਦਾ ਧਿਆਨ ਦੇਣਾ ਪੈਂਦਾ ਸਾਨੂੰ। ਜਦੋਂ ਕੋਈ ਇਕੱਲਾ ਬੰਦਾ ਗੱਲਾਂ ਕਰਦਾ ਹੋਵੇ, ਇਕੱਲੇ ਹੀ ਬੰਦਾ ਬੋਲਦਾ ਹੋਵੇ, ਅਸੀਂ ਕੀ ਕਹਿੰਦੇ ਹਾਂ? ਸਾਨੂੰ ਲੱਗਦਾ ਵੀ ਸ਼ਾਇਦ ਠੀਕ ਨਹੀਂ ਹੈ ਕੁਛ। ਪਾਠ ਅਸੀਂ ਇਕੱਲੇ ਕਰੀ ਜਾਂਦੇ ਹਾਂ, ਕਦੇ ਵੀ ਪਾਠ ਇਕੱਲੇ ਨਹੀਂ ਕੀਤਾ ਜਾ ਸਕਦਾ। ਯਾਦ ਰੱਖਣਾ, ਜਿਵੇਂ ਇਕੱਲਾ ਬੰਦਾ ਗੱਲਾਂ ਨਹੀਂ ਨਾ ਕਰ ਸਕਦਾ, ਉਵੇਂ ਇਕੱਲਾ ਬੰਦਾ ਪਾਠ ਵੀ ਨਹੀਂ ਕਰ ਸਕਦਾ। ਫਿਰ ਕੌਣ ਹੋਣਾ ਚਾਹੀਦਾ? ਪਾਠ ਕਰਨ ਲੱਗਿਆਂ ਸਭ ਤੋਂ ਪਹਿਲੀ ਹਾਜ਼ਰੀ ਚਾਹੀਦੀ ਹੈ ਰੱਬ ਦੀ ਹਾਜ਼ਰੀ ਸਾਡੀ ਸੁਰਤ ਵਿੱਚ।
ਵੀ ਰੱਬ ਆ ਮੇਰੇ ਨੇੜੇ ਬਿਲਕੁਲ ਕੋਲ ਹੈ, ਮੈਂ ਰੱਬ ਨਾਲ ਗੱਲਾਂ ਕਰਨੀਆਂ। ਬਹੁਤ ਸਾਰੀ ਬਾਣੀ ਰੱਬ ਦੇ ਨਾਲ ਗੱਲ ਹੈ। ਸੋਦਰ ਬਾਣੀ ਦਾ ਪਾਠ ਕੀਤਾ ਹੋਵੇਗਾ, ਸੋਦਰ ਬਾਣੀ ਦੀ ਪਹਿਲੀ ਪੰਕਤੀ ਅਸੀਂ ਨਹੀਂ ਪੜ੍ਹ ਸਕਦੇ ਜੇ ਰੱਬ ਗੈਰ ਹਾਜ਼ਰ ਸਾਡੀ ਸੁਰਤ ਵਿੱਚੋਂ ਹੈ ਤਾਂ। ਸੋਦਰ ਤੇਰਾ, ਤੇਰਾ ਕਿਹਨੂੰ ਕਿਹਾ ਜਾਂਦਾ? ਜਿਹੜਾ ਸਾਹਮਣੇ ਬੈਠਾ ਹੋਵੇ, ਜਿਹਦੇ ਨਾਲ ਗੱਲ ਕੀਤੀ ਜਾਵੇ ਉਹਨੂੰ ਤੇਰਾ ਕਹਿੰਦੇ ਨੇ। ਹੁਣ ਮੈਂ ਇੱਥੇ ਜਿਹਨਾਂ ਜਿਹੜੇ ਜਿਹੜੇ ਮੈਨੂੰ ਨਜ਼ਰ ਆ ਰਹੇ ਨੇ, ਮੈਂ ਉਹਨਾਂ ਨੂੰ ਕਹਿ ਸਕਦਾ ਵੀ ਆਹ ਤੇਰਾ ਹੈ, ਆਹ ਤੇਰਾ ਹੈ। ਜਿਹੜਾ ਇੱਥੇ ਹੈ ਹੀ ਨਹੀਂ ਮੈਂ ਕਹਿ ਸਕਦਾ ਤੇਰਾ, ਮੈਂ ਕਹਾਂਗਾ ਉਹ ਹੈ। ਉਹਦੇ ਵਾਸਤੇ ਤੇਰਾ ਸ਼ਬਦ ਨਹੀਂ ਵਰਤਾਂਗਾ, ਉਹਦਾ ਸ਼ਬਦ ਵਰਤਾਂਗਾ। ਇੱਥੇ ਚ ਸਿੱਧੀ ਹੈ ਵੀ ਰੱਬ ਜਿਵੇਂ ਸਾਹਮਣੇ ਬੈਠੇ ਨੇ ਤੇ ਸਤਿਗੁਰੂ ਜੀ ਗੱਲ ਕਰਦੇ, ਸੋ ਦਰ ਤੇਰਾ ਕਿਹਾ, ਰੱਬ ਨਾਲ ਗੱਲ ਹੈ। ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਰੱਬ ਦੇ ਨਾਲ ਗੱਲ ਹੈ। ਸਾਚੇ ਸਾਹਿਬਾ ਕਿਆ ਨਾਹੀਂ ਕਰ, ਰੱਬ ਦੇ ਨਾਲ ਸਿੱਧੀ ਗੱਲ ਹੈ। ਹੁਣ ਜੇ ਰੱਬ ਸਾਡੀ ਸੁਰਤ ਵਿੱਚ ਹੀ ਨਹੀਂ, ਇਹ ਤੇਰਾ ਕਿਹਨੂੰ ਕਿਹਾ ਜਾ ਰਿਹਾ? ਫਿਰ ਇਹ ਆਪਾਂ ਕਿਹਦੇ ਨਾਲ ਗੱਲਾਂ ਕਰ ਰਹੇ ਹਾਂ? ਫਿਰ ਤੇ ਭਾਵਨਾ ਹੀ ਨਹੀਂ ਰਹੀ ਸਾਡੇ ਬੋਲਣ ਦੇ ਵਿੱਚ। ਸੋ ਪਹਿਲੀ ਹਾਜ਼ਰੀ ਰੱਬ ਦੀ ਹਾਜ਼ਰੀ ਸਾਡੀ ਸੁਰਤ ਵਿੱਚ, ਅਸੀਂ ਰੱਬ ਨਾਲ ਗੱਲਾਂ ਕਰਨੀ ਹੈ। ਦੂਸਰੀ ਹਾਜ਼ਰੀ ਗੁਰੂ ਦੀ ਹਾਜ਼ਰੀ, ਅਸੀਂ ਬਹੁਤ ਸਾਰੀਆਂ ਗੱਲਾਂ ਗੁਰੂ ਨਾਲ ਕਰਨੀ ਹੈ, ਬਹੁਤ ਸਾਰੀਆਂ ਗੱਲਾਂ। ਜਦੋਂ ਅਸੀਂ ਪੜ੍ਹਦੇ ਹਾਂ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੇ ਜੇ ਸਾਡੀ ਸੁਰਤ ਵਿੱਚ ਗੁਰੂ ਹੀ ਨਹੀਂ ਹੈਗਾ ਸਾਹਮਣੇ, ਤੇ ਅਸੀਂ ਇਹ ਬੇਨਤੀ ਕਿਹਦੇ ਅੱਗੇ ਕੀਤੀ ਹੈ? ਫਿਰ ਗੁਰਾ ਸੰਬੋਧਨੀ ਹੈ, ਆਵਾਜ਼ ਮਾਰੀ ਗਈ ਹੈ। ਆਵਾਜ਼ ਕਿਹਨੂੰ ਮਾਰੀ ਦੀ ਹੈ? ਜਿਹੜਾ ਕਨੇਡਾ ਬੈਠਾ ਤੁਹਾਡਾ ਰਿਸ਼ਤੇਦਾਰ, ਤੁਸੀਂ ਆਵਾਜ਼ ਮਾਰੋਗੇ ਇੱਥੇ ਬੈਠ ਕੇ? ਤੁਹਾਨੂੰ ਪਤਾ ਮੇਰੀ ਆਵਾਜ਼ ਜਾਣੀ ਕੋਈ ਨਹੀਂ ਉਦ ਤੱਕ। ਜਿਹੜਾ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ, ਤੁਸੀਂ ਉਹਨੂੰ ਆਵਾਜ਼ ਮਾਰੋਗੇ, ਪਤਾ ਵੀ ਉਹ ਮੇਰੀ ਆਵਾਜ਼ ਸੁਣ ਸਕਦਾ। ਜਾਂ ਜਿੱਥੇ ਤੱਕ ਮੇਰੀ ਆਵਾਜ਼ ਦੀ ਰੇਂਜ ਹੋ ਸਕਦੀ ਹੈ, ਮੈਨੂੰ ਪਤਾ ਵੀ ਆ ਨਾਲ ਦੇ ਕਮਰੇ ਵਿੱਚ ਬੈਠਾ, ਮੈਂ ਬੁਲਾਵਾਂਗਾ ਤੇ ਸੁਣ ਲਏਗਾ, ਤਾਂ ਅਸੀਂ ਆਵਾਜ਼ ਮਾਰਦੇ ਹਾਂ। ਦੂਰਲੇ ਬੰਦਿਆਂ ਤੋਂ ਆਵਾਜ਼ ਨਹੀਂ ਮਾਰਦੇ। ਤੇ ਪਾਠ ਕਰਨ ਲੱਗੇ ਹਾਂ ਅਸੀਂ ਗੁਰੂ ਨੂੰ ਕਿੱਥੇ ਸਮਝਦੇ ਹਾਂ? ਸਾਨੂੰ ਬਿਲਕੁਲ ਨੇੜੇ ਸਮਝਣਾ ਚਾਹੀਦਾ ਹੈ, ਗੁਰੂ ਨੂੰ ਆਵਾਜ਼ ਮਾਰਨੀ ਹੈ। ਜੇ ਗੁਰੂ ਗੈਰ ਹਾਜ਼ਰ ਹੈ ਸਾਡੀ ਸੁਰਤ ਵਿੱਚ, ਫਿਰ ਅਸੀਂ ਕਿਹਨੂੰ ਕਹਿ ਰਹੇ ਹਾਂ? ਸੋਦਰ ਬਾਣੀ ਦਾ ਸ਼ਬਦ ਅਸੀਂ ਪੜ੍ਹਦੇ ਹਾਂ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ। ਕਿੰਨੀਆਂ ਆਵਾਜ਼ਾਂ, ਆਵਾਜ਼ਾਂ ਹੈ। ਹਰ ਕੇ ਜਨ, ਹੇ ਹਰੀ ਦੇ ਸੇਵਕ, ਸਤਿਗੁਰ ਸਤਿਪੁਰਖਾ, ਤਿੰਨ ਆਵਾਜ਼ਾਂ। ਬਿਨੋ ਕਰੋ ਗੁਰ, ਚੌਥੀ ਆਵਾਜ਼। ਹਮ ਕੀਰੇ ਕਿਰਮ ਸਤਿਗੁਰ, ਪੰਜਵੀਂ ਆਵਾਜ਼। ਇੰਨੀਆਂ ਆਵਾਜ਼ਾਂ ਮਾਰਨ ਤੋਂ ਬਾਅਦ ਫਿਰ ਗੱਲ ਕਹਿੰਦੇ, ਕਰ ਦਿਆ ਨਾਮ ਪ੍ਰਗਾ ਸੱਚੇ ਪਾਤਸ਼ਾਹ, ਮੈਨੂੰ ਨਾਮ ਦਾ ਚਾਨਣ ਚਾਹੀਦਾ, ਬਖਸ਼ ਦੇ। ਛੇਵੀਂ ਵਾਰ ਫਿਰ ਆਵਾਜ਼ ਮਾਰੀ, ਮੇਰੇ ਮੀਤ ਗੁਰਦੇਵ। ਤੇ ਜੇ ਇਹ ਸ਼ਬਦ ਪੜ੍ਹਨ ਲੱਗਿਆ ਗੁਰੂ ਸਾਡੀ ਸੁਰਤ ਵਿੱਚ ਹੀ ਨਹੀਂ, ਤਾਂ ਹੀ ਤੇ ਸਾਡਾ ਮਨ ਕਿਉਂ ਨਹੀਂ ਟਿਕਦਾ ਬਾਣੀ ਪੜ੍ਹਨ ਲੱਗਿਆ? ਸਾਨੂੰ ਗੁਰੂ ਦੀ ਨਾਲ, ਗੁਰੂ ਦੀ ਹਾਜ਼ਰੀ, ਗੁਰੂ ਨਾਲ ਗੱਲਾਂ ਕਰਨ ਦਾ ਸਾਨੂੰ ਅਹਿਸਾਸ ਹੀ ਨਹੀਂ ਹੈਗਾ। ਪਹਿਲੀ ਹਾਜ਼ਰੀ ਰੱਬ ਦੀ ਹਾਜ਼ਰੀ, ਦੂਸਰੀ ਹਾਜ਼ਰੀ ਗੁਰੂ ਦੀ ਹਾਜ਼ਰੀ, ਤੇ ਤੀਜੀ ਹਾਜ਼ਰੀ ਸਾਡੀ ਆਪਣੀ ਹਾਜ਼ਰੀ। ਬਹੁਤ ਸਾਰੀਆਂ ਗੱਲਾਂ ਅਸੀਂ ਆਪਣੇ ਨਾਲ ਕਰਨੀਆਂ, ਆਪਣੇ ਮਨ ਨਾਲ ਕਰਨੀਆਂ।
ਜਦੋਂ ਸ਼ਬਦ ਆਏਗਾ ਭਾਈ ਰੇ ਰਾਮ ਕਹੋ ਚਿੱਤ ਲਾਏ, ਬੀਬੀਆਂ ਕਹਿਣਗੀਆਂ ਤੇ ਭਾਈਆਂ ਵਾਸਤੇ ਆ, ਸਾਡੇ ਵਾਸਤੇ ਤੇ ਆਈ ਨਹੀਂ, ਇਹ ਥੋੜੀ ਨਾ ਗੱਲ ਹੈ। ਉੱਥੇ ਭਾਈ ਰੇ ਸਾਡੇ ਆਪਣੇ ਵਾਸਤੇ ਹੀ ਹੈ। ਜਦੋਂ ਮੁੱਲਾ ਕਾਜ਼ੀ ਕੀ ਇਹ ਬਾਣੀ ਹੁਣ ਉਹਨਾਂ ਵਾਸਤੇ ਹੈ, ਉਹਨਾਂ ਨੂੰ ਜਾ ਕੇ ਸੁਣਾਈਏ ਵੀ ਜੋ ਵੀ ਤੁਹਾਡੇ ਵਾਸਤੇ ਸੀ ਤੁਸੀਂ ਲੈ ਜਾਓ, ਸਾਡੇ ਵਾਸਤੇ ਤੇ ਹੈ ਨਹੀਂ ਹੋਣੇ। ਨਹੀਂ, ਉੱਥੇ ਜੇ ਮੁੱਲਾ ਨੂੰ ਸੰਬੋਧਨ ਹੈ ਉਹ ਮੈਂ ਹੀ ਹਾਂ, ਫਿਰ ਕਾਜ਼ੀ ਨੂੰ ਗੱਲ ਹੈ ਫਿਰ ਮੈਂ ਹੀ ਹੈਗਾ ਉੱਥੇ, ਉਹ ਗੁਣ ਮੈਂ ਆਪਣੇ ਅੰਦਰ ਧਾਰਨ ਕਰਨੇ ਨੇ। ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ, ਇਹ ਕਿਹਨੂੰ ਸਮਝਾਇਆ ਜਾ ਰਿਹਾ? ਮੈਂ ਆਪਣੇ ਆਪ ਨੂੰ ਕਹਿ ਰਿਹਾ ਹਾਂ। ਮਨ ਨੂੰ ਤੇ ਕਿੰਨੀ ਵਾਰੀ ਆਨੰਦ ਸਾਹਿਬ ਦੀ ਤੇ ਬਹੁਤੀ ਬਾਣੀ ਹੈ ਹੀ ਮਨ ਦੇ ਨਾਲ ਸੰਬੋਧਨ ਹੈ, ਤੇ ਜੇ ਮਨ ਹੀ ਗੈਰ ਹਾਜ਼ਰ ਹੈ, ਮੈਂ ਆਪ ਹੀ ਗੈਰ ਹਾਜ਼ਰ ਹਾਂ ਬਾਣੀ ਪੜ੍ਹਨ ਲੱਗਿਆ, ਤੇ ਫਿਰ ਇਹ ਮੈਂ ਕਿਹਨੂੰ ਕਹਿ ਰਿਹਾ? ਇਹ ਮਨ ਮੇਰਿਆ, ਮਨ ਤੇ ਆਈ ਨਹੀਂ, ਸੁਣਨ ਵਾਲਾ ਤੇ ਆਈ ਨਹੀਂ, ਫਿਰ ਗੱਲ ਕਿਵੇਂ ਬਣੇਗੀ? ਸੋ ਇਹ ਤਿੰਨ ਤਿੰਨ ਹਾਜ਼ਰੀਆਂ ਜ਼ਰੂਰੀ ਨੇ, ਰੱਬ ਗੁਰੂ ਤੇ ਅਸੀਂ ਆਪ। ਫਿਰ ਜਦੋਂ ਬਾਣੀ ਪੜ੍ਹਾਂਗੇ ਨਾ ਫਿਰ ਆਏਗਾ ਆਨੰਦ। ਕਰੀਏ ਆਪਣੇ ਮਨ ਨਾਲ ਗੱਲਾਂ, ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਤੂੰ ਹਰੀ ਦੇ ਨਾਲ ਰਹਿ ਹਮੇਸ਼ਾ। ਦੂਜੀ ਵਾਰੀ ਫਿਰ ਕਹੋ ਮਨ ਨੂੰ, ਹਰ ਨਾ ਰੋ ਤੂੰ ਮਨ ਮੇਰੇ, ਐ ਮੇਰਿਆ ਮਨਾ ਤੂੰ ਰੱਬ ਦੇ ਨਾਲ ਰਹਿ। ਤੇ ਮਨ ਕੇ ਕਿਉਂ ਰਵਾਂ? ਤੇ ਉਹਨੂੰ ਦੱਸੋ ਦੁੱਖ ਸਭ ਵਿਸਾਰਨਾ, ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਉਹ, ਇਸ ਕਰਕੇ ਉਹਦੇ ਨਾਲ ਰਹਿ। ਅੰਗੀਕਾਰ, ਅੰਗੀਕਾਰ ਦਾ ਅਰਥ ਹੈ ਪੱਖ ਕਰਨਾ, ਸਹਾਇਤਾ ਕਰਨੀ। ਇਹਨੂੰ ਅੰਗੀਕਾਰੋ ਨਹੀਂ ਬੋਲਣਾ, ਅੰਗੀਕਾਰ ਉਹ ਕਰੇ ਤੇਰਾ, ਉਹ ਰੱਬ ਵਾਸਤੇ ਹੈ, ਉਹ ਤੇਰਾ ਪੱਖ ਕਰੇਗਾ, ਤੇਰੀ ਸਹਾਇਤਾ ਕਰੇਗਾ। ਜੇ ਉਹ ਪੱਖ ਕਰੇਗਾ ਸਹਾਇਤਾ ਕਰੇਗਾ ਤੇ ਫਿਰ ਕੀ ਹੋਏਗਾ? ਕਾਰਜ ਸਭ ਸਾਰੇ ਕਾਰਜ। ਹੁਣ ਮੈਂ ਕਿਸੇ ਦਾ ਕਿਹੜਾ ਕਾਰਜ ਸਵਾਰ ਸਕਾਂਗਾ? ਇੱਕ ਅੱਧਾ ਕਰ ਦਾਂਗਾ, ਸਾਰਾ ਕੁਝ ਤੇ ਮੈਨੂੰ ਨਹੀਂ ਕਰਨਾ ਆਉਂਦਾ, ਪਰ ਰੱਬ ਸਭ ਕਾਰਜ ਸਵਾਰ ਦਿੰਦਾ ਜੇ। ਔਰ ਖਾਸ ਕਰਕੇ ਜੋ ਅਸਲ ਕਾਰਜ ਹੈ, ਅਵਰ ਕਾਰਜ ਤੇਰਾ ਕਿਤੇ ਨਾ ਕਾਮ, ਤੇ ਜਿਹੜਾ ਕਾਰਜ ਕੰਮ ਆਉਣ ਵਾਲਾ ਹੈ ਉਹ ਵੀ ਉਹਨੇ ਸਵਾਰਨਾ ਹੈ। ਉਹ ਸਾਰੇ ਕਾਰਜ ਕਿਵੇਂ ਸਵਾਰ ਦਿੰਦਾ ਹੈ? ਹੁਣ ਜਿਹੜਾ ਲੱਕੜ ਦਾ ਕੰਮ ਜਾਣਦਾ ਹੈ ਉਹ ਸਾਡੇ ਘਰ ਆ ਕੇ ਲੱਕੜ ਦਾ ਕੰਮ ਸਵਾਰ ਦੇਗਾ, ਜਿਹੜਾ ਲੋਹੇ ਦਾ ਕੰਮ ਜਾਣਦਾ ਹੈ ਉਹ ਲੋਹੇ ਦਾ ਕੰਮ ਸਵਾਰ ਦੇਗਾ। ਪਰ ਰੱਬ ਸਾਰੇ ਕਾਰਜ ਇਸ ਕਰਕੇ ਸਵਾਰਦਾ ਕਿਉਂਕਿ ਸਭਨਾ ਗੱਲਾਂ ਉਹ ਸਭ ਕੁਝ ਕਰ ਸਕਦਾ ਹੈ। ਇੰਨਾ ਵਿਸ਼ਵਾਸ ਸਾਡੇ ਅੰਦਰ ਭਰਿਆ ਜਾਏ, ਸਭਨਾ ਗੱਲਾਂ ਸਮਰੱਥ ਸਵਾਮੀ। ਤੀਜੀ ਵਾਰ ਫਿਰ ਕਿਹਾ ਸੋ ਕਿਉਂ ਮਨੋ ਵਿਸਾਰੇ, ਤੂੰ ਮਨ ਤੋਂ ਕਿਉਂ ਭੁਲਾਉਣਾ। ਚੌਥੀ ਵਾਰੀ ਫਿਰ ਕਿਹਾ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਹੁਣ ਚਾਰ ਵਾਰੀ ਮੇਰਾ ਮਾਲਕ ਇੱਕ ਗੱਲ ਕਹੇ ਤੇ ਅਸੀਂ ਇੱਕ ਵਾਰੀ ਵੀ ਨਾ ਸੁਣੀਏ, ਕਿੰਨੀ ਮਾੜੀ ਗੱਲ ਹੈ। ਸਤਿਗੁਰੂ ਜੀ ਕਿਉਂ ਕਹਿ ਰਹੇ ਨੇ ਕਿ ਰੱਬ ਦੇ ਨਾਲ ਜੁੜੇ ਰਹੀਏ? ਕਿਉਂਕਿ ਰੱਬ ਜੀ ਸਾਡਾ ਮੂਲ ਨੇ, ਅਸੀਂ ਮੂਲ ਮੰਤਰ ਕਹਿੰਦੇ ਹਾਂ ਨਾ, ਮੂਲ ਦਾ ਅਰਥ ਹੈ ਮੁੱਢ, ਜੜ੍ਹ। ਤੇ ਜਿਹੜਾ ਬੰਦਾ ਆਪਣੇ ਜੜ੍ਹ ਤੋਂ ਕੱਟਿਆ ਜਾਵੇ ਉਹਦਾ ਕੀ ਬਣਦਾ? ਉਹ ਤੇ ਸੁੱਕ ਜਾਂਦਾ, ਸੜ ਜਾਂਦਾ। ਅਸੀਂ ਰੱਬ ਦੇ ਨਾਲ ਜੁੜੇ ਰਹੀਏ। ਆਹ ਕੁਦਰਤ ਸਾਨੂੰ ਦੱਸਦੀ ਹੈ, ਕੁਦਰਤ ਇੱਕ ਫੁੱਲ ਹੈ, ਖਿੜਿਆ ਹੋਇਆ, ਖੁਸ਼ਬੂ ਨਾਲ ਭਰਿਆ ਹੋਇਆ, ਜਿਹੜਾ ਵੀ ਉਹਨੂੰ ਦੇਖਦਾ ਖੁਸ਼ ਹੋ ਜਾਂਦਾ। ਉਹ ਦਾਤਾ ਬਣੀ ਬੈਠਾ, ਸਾਰਿਆਂ ਨੂੰ ਖੁਸ਼ਬੂ ਵੰਡ ਰਿਹਾ। ਪਰ ਜੇ ਕਿਤੇ ਉਹਦਾ ਸੰਬੰਧ ਟਹਿਣੀ ਦੇ ਨਾਲ ਵੱਖਰਾ ਕਰ ਦਈਏ ਫਿਰ ਕੀ ਹੋਏਗਾ? ਉਹ ਮੁਰਝਾ ਜਾਏਗਾ, ਗਲ ਜਾਏਗਾ,
ਸੜ ਜਾਏਗਾ। ਉਹਨੂੰ ਕਹੀਏ ਤੂੰ ਕਿਉਂ ਸੜ ਗਿਆ, ਤੂੰ ਕਿਉਂ ਗਲ ਗਿਆ, ਉਹ ਕਹੇਗਾ ਮੈਂ ਮੂਲ ਦੇ ਨਾਲ ਟੁੱਟ ਗਿਆ। ਸਤਿਗੁਰ ਨਹੀਂ ਚਾਹੁੰਦੇ ਅਸੀਂ ਗਲ ਜਾਈਏ, ਸੜ ਜਾਈਏ, ਸਾਡੇ ਜੀਵਨ ਦੀ ਖੁਸ਼ਬੂ ਖਤਮ ਹੋ ਜਾਏ। ਇਸ ਕਰਕੇ ਕਹਿੰਦੇ ਨੇ ਸਦਾ ਰਹੋ ਹਰ ਨਾਲੇ। ਹੁਣ ਇੱਕ ਦੀਵੇ ਦੀ ਬੱਤੀ ਹੈ, ਉਹ ਪ੍ਰਕਾਸ਼ਮਈ ਹੈ, ਸਾਡੇ ਸਾਰੇ ਘਰ ਦਾ ਹਨੇਰਾ ਖਾ ਗਈ, ਖਤਮ ਕਰ ਦਿੱਤਾ, ਸਾਰਿਆਂ ਨੂੰ ਸੁੱਖ ਹੈ ਉਹਦੇ ਕਰਕੇ। ਉਹਦਾ ਮੂੰਹ ਵੀ ਬੜਾ ਲਾਲ ਹੈ, ਪਰ ਜੇ ਕਿਤੇ ਉਸ ਬੱਤੀ ਦਾ ਸੰਬੰਧ ਤੇਲ ਦੇ ਨਾਲ ਵੱਖਰਾ ਕਰ ਦਈਏ ਫਿਰ ਕੀ ਹੋਏਗਾ, ਉਹ ਹੌਲੀ ਹੌਲੀ ਆਪਣੇ ਆਪ ਨੂੰ ਹੀ ਸਾੜਨਾ ਸ਼ੁਰੂ ਕਰ ਦੇਗੀ। ਇੱਕ ਸਮਾਂ ਐਸਾ ਆਏਗਾ ਜਿਹਦਾ ਮੂੰਹ ਲਾਲ ਸੀ ਉਹਦਾ ਸਾਰਾ ਸਰੀਰ ਹੀ ਕਾਲਾ ਹੋ ਕੇ ਪਿਆ ਹੋਇਆ, ਤੇ ਪੱਲੇ ਹਨੇਰਾ ਹੈ, ਕੁਛ ਵੀ ਨਹੀਂ, ਕਿਸੇ ਨੂੰ ਕੋਈ ਦੇਣ ਜੋਗੀ ਵੀ ਨਹੀਂ। ਉਸ ਬੱਤੀ ਨੂੰ ਕਹੀਏ ਤੂੰ ਕਾਲੀ ਕਿਉਂ ਹੋ ਗਈ, ਤੇਰਾ ਪ੍ਰਕਾਸ਼ ਕਿੱਥੇ ਚਲੇ ਗਿਆ, ਉਹ ਕਹੇਗੀ ਮੇਰਾ ਪ੍ਰਕਾਸ਼ਦਾਤਾ ਕੋਈ ਹੋਰ ਸੀ, ਮੈਂ ਸੰਬੰਧ ਤੋੜ ਲਿਆ ਉਹਦੇ ਨਾਲ। ਤੇ ਧੰਨ ਗੁਰੂ ਅਮਰਦਾਸ ਜੀ ਨੂੰ ਪਤਾ ਹੈ ਵੀ ਜਿਸ ਵੇਲੇ ਅਸੀਂ ਰੱਬ ਨਾਲ ਟੁੱਟ ਜਾਵਾਂਗੇ ਨਾ, ਸਾਡੇ ਜੀਵਨ ਵਿੱਚ ਹਨੇਰਾ ਹੀ ਆਉਣਾ, ਅਸੀਂ ਵੀ ਆਪਣੇ ਆਪ ਨੂੰ ਸਾੜਾਂਗੇ, ਹੋਰ ਕੁਝ ਵੀ ਨਹੀਂ ਕਰਾਂਗੇ। ਇਸ ਕਰਕੇ ਕਹਿੰਦੇ ਨੇ ਸਦਾ ਰਹੋ ਹਰ ਨਾਲੇ, ਰੱਬ ਦੇ ਨਾਲ ਜੁੜੇ ਰਹੀਏ। ਇੱਕ ਟਾਹਣੀ ਉਹਨੂੰ ਪੱਤੇ ਵੀ ਆਉਣਗੇ, ਫੁੱਲ ਵੀ ਲੱਗਣਗੇ, ਫਲ ਵੀ ਲੱਗਣਗੇ, ਤੇ ਜੇ ਤਣੇ ਨਾਲ ਟੁੱਟ ਜਾਏ ਫਿਰ ਪੱਤੇ ਨਹੀਂ ਆਉਂਦੇ, ਫਿਰ ਫਲ ਫੁੱਲ ਨਹੀਂ ਆਉਂਦੇ, ਸਗੋਂ ਸੁੱਕ ਜਾਂਦੀ ਹੈ। ਲੋਕੀ ਕਹਿੰਦੇ ਬੜੀ ਸੁੱਕੀ, ਇਹਨੂੰ ਅੱਗ ਬੜੀ ਛੇਤੀ ਲੱਗੇਗੀ। ਸਾਨੂੰ ਇਸੇ ਕਰਕੇ ਅੱਗ ਛੇਤੀ ਲੱਗ ਰਹੀ ਹੈ ਅੱਜ ਕੱਲ੍ਹ, ਨਿੱਕੀ ਜੀ ਕੋਈ ਗੱਲ ਕਹਿ ਦੇ ਸਾਨੂੰ ਭਾਂਬੜ ਮੱਚ ਜਾਂਦਾ, ਕਿਉਂਕਿ ਅਸੀਂ ਰੱਬ ਦੇ ਨਾਲ ਟੁੱਟੇ ਹੋਏ ਹਾਂ। ਸਾਡੇ ਅੰਦਰ ਸ਼ੁਭ ਗੁਣ ਹੈ ਹੀ ਨਹੀਂ, ਨਿਮਰਤਾ ਹੈ ਹੀ ਨਹੀਂ, ਖਿਮਾ ਕਰਨ ਦਾ ਸੁਭਾਅ ਹੈ ਹੀ ਨਹੀਂ, ਕਿਸੇ ਨੂੰ ਬਖਸ਼ਣ ਦੀ ਗੱਲ ਹੀ ਕੋਈ ਨਹੀਂ, ਸਾਨੂੰ ਅੱਗ ਬੜੀ ਛੇਤੀ ਲੱਗਦੀ ਹੈ। ਸਤਿਗੁਰ ਚਾਹੁੰਦੇ ਨੇ ਸਾਨੂੰ ਅੱਗ ਨਾ ਲੱਗੇ, ਸ਼ੁਭ ਗੁਣ ਸਾਡੇ ਅੰਦਰ ਫਲ ਲੱਗੇ ਰਹਿਣ। ਇਸ ਕਰਕੇ ਕਹਿੰਦੇ ਨੇ ਸਦਾ ਰਹੋ ਹਰ ਨਾਲੇ, ਸਦਾ ਰਹੋ ਹਰ ਨਾਲੇ, ਸਦਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਚਨ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਇੱਕ ਥਾਂ ਤੋਂ ਲੰਘੇ, ਭਾਈ ਮਰਦਾਨਾ ਜੀ ਵੀ ਨਾਲ ਹੋਣਗੇ। ਤਲਾਬ ਜਿਹੜਾ ਹੈ ਨਾ, ਉਹ ਬੜਾ ਸੋਹਣਾ ਕਮਲ ਦੇ ਫੁੱਲਾਂ ਦੇ ਨਾਲ ਭਰਿਆ ਹੋਇਆ, ਭਵਰੇ ਗੁੰਜਾਰਾਂ ਪਾ ਰਹੇ ਨੇ, ਤਿੱਤਲੀਆਂ ਆ ਰਹੀਆਂ ਨੇ, ਮੱਛੀਆਂ ਤਾਰੀਆਂ ਲਾ ਰਹੀਆਂ ਨੇ, ਬੱਤਕਾਂ ਖੇਡਾਂ ਖੇਡ ਰਹੀਆਂ ਨੇ, ਉੱਥੇ ਪੰਛੀ ਚਹਿਚਹਾ ਰਹੇ ਨੇ, ਆਲੇ ਦੁਆਲੇ ਹਰਿਆਵਲ ਹੈ, ਬਲਿਹਾਰੀ ਕੁਦਰਤ ਵਸਿਆ। ਇੰਨਾ ਪ੍ਰਭਾਵ ਮਨ ਵਿੱਚ ਪੈਂਦਾ ਹੈ ਕਿ ਕੋਲ ਬਹਿ ਜਾਈਏ, ਇਹਨੂੰ ਮਾਣੀਏ, ਇੱਥੇ ਰੱਬ ਦੀ ਸਿਫਤਸਲਾਹ ਕਰੀਏ, ਬੜਾ ਟਿਕਾ ਮਿਲਦਾ ਹੈ ਮਨ ਨੂੰ, ਸ਼ਾਂਤੀ ਬੜੀ ਮਿਲਦੀ ਹੈ। ਪਰ ਜਾਣਾ ਸੀ ਅੱਗੇ, ਉੱਥੇ ਕੁਝ ਦੇਰ ਆਰਾਮ ਕਰਕੇ ਰੱਬ ਦੀ ਵਡਿਆਈ ਕਰਕੇ ਅੱਗੇ ਤੁਰ ਗਏ। ਵਾਪਸੀ ਦਾ ਸਮਾਂ ਹੋਇਆ ਤੇ ਭਾਈ ਮਰਦਾਨਾ ਜੀ ਨੂੰ ਲੱਗਿਆ ਵੀ ਉਹ ਸਥਾਨ ਫਿਰ ਆ ਸਕਦਾ, ਰਸਤਾ ਨੇੜੇ ਹੀ ਹੈ। ਸੱਚੇ ਪਾਤਸ਼ਾਹ ਇੱਕ ਵਾਰੀ ਮੇਰੀ ਫਿਰ ਇੱਛਾ ਹੈ ਉੱਥੇ ਜਾਣ ਦੀ, ਮੈਂ ਫਿਰ ਉਹ ਖੂਬਸੂਰਤੀ ਮਾਣਨਾ ਚਾਹੁੰਦਾ, ਉੱਥੇ ਟਿਕ ਕੇ ਮੈਂ ਫਿਰ ਰੱਬ ਦੀ ਵਡਿਆਈ ਕਰਨਾ ਚਾਹੁੰਦਾ। ਅੱਜ ਵੀ ਅੱਖਾਂ ਬੰਦ ਕਰਦਾ ਤੇ ਉਹ ਮੇਰੇ ਸਾਹਮਣੇ ਉਹੋ ਜਿਹੀ ਦ੍ਰਿਸ਼ ਆ ਜਾਂਦਾ। ਸਤਿਗੁਰੂ ਜੀ ਉਹ ਥਾਂ ਆਵੇਗਾ, ਹਜ਼ੂਰ ਮੁਸਕਰਾਏ ਤੇ ਉਸੇ ਵਾਲੇ ਪਾਸੇ ਤੁਰ ਪਏ, ਮੇਰਾ ਸਾਥੀ ਹੈ, ਤੇਰੀ ਗੱਲ ਨੂੰ ਮੈਂ ਕਿਵੇਂ ਮੋੜ ਸਕਦਾ। ਉਸ ਥਾਂ ਤੇ ਆਏ
ਤੇ ਭਾਈ ਮਰਦਾਨਾ ਜੀ ਦਾ ਹੱਥ ਆਪਣੇ ਆਪ ਨੱਕ ਤੇ ਚਲੇ ਗਿਆ ਤੇ ਕਿਹਾ ਸੱਚੇ ਪਾਤਸ਼ਾਹ ਛੇਤੀ ਦੌੜੀਏ ਇੱਥੋਂ ਦੀ ਬੜੀ ਬੋ ਹੈ। ਹਜ਼ੂਰ ਕਹਿਣ ਲੱਗੇ ਨਾ ਛੇਤੀ ਨਹੀਂ ਕਰਨੀ, ਪਹਿਲਾਂ ਵੀ ਰੁਕੇ ਸਾਂ ਹੁਣ ਵੀ ਰੁਕਣਾ ਹੈ, ਕਿਤੇ ਸਾਡੇ ਨਾਲ ਵੀ ਇਹ ਹਾਲ ਨਾ ਹੋ ਜਾਏ। ਪੁੱਛੀਏ ਤੇ ਸਹੀ ਤੇਰੀ ਖੂਬਸੂਰਤੀ ਕਿੱਥੇ ਚਲੇ ਗਈ, ਤੇਰੇ ਕਮਲ ਦੇ ਫੁੱਲ ਕਿੱਥੇ ਚਲੇ ਗਏ, ਭਵਰੇ ਕਿੱਥੇ ਚਲੇ ਗਏ, ਬਤਕਾਂ ਕਿੱਥੇ ਚਲੇ ਗਈਆਂ, ਇਹ ਮੱਛੀਆਂ ਕਿਉਂ ਮਰ ਗਈਆਂ, ਇਹ ਬਦਬੋ ਕਿਉਂ ਫੈਲ ਗਈ ਇੰਨੀ ਜ਼ਿਆਦਾ। ਇਹਨੇ ਪੁੱਛੀਏ ਤੇ ਸਹੀ ਕਿਤੇ ਸਾਡੇ ਨਾਲ ਵੀ ਇਹ ਨਾ ਹੋ ਜਾਏ। ਤੇ ਸਤਿਗੁਰ ਨੇ ਪੁੱਛਿਆ, ਭੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜਿਆ ਸੁੜਿਓ ਹੈ ਕਾਲੀ ਹੋਈ ਆ ਦਿਓਰੀ, ਕਿਹੜਾ ਦੋਸ਼ ਲੱਗਾ ਤੈਨੂੰ, ਤੂੰ ਕਾਲਾ ਸ਼ਾਹ ਹੋ ਗਿਆ, ਤੂੰ ਤੇ ਬੜਾ ਹਰਿਆਵਲਾ ਸੈਂ, ਇੰਨੀ ਬੋ ਨਾਲ ਕਾਤੇ ਭਰ ਗਿਆ ਤੂੰ। ਤੇ ਅੱਗੇ ਜਵਾਬ ਦਿੰਦਾ, ਨਾਨਕ ਮੈਂ ਤੈਨੂੰ ਭੰਗ, ਉਹ ਜਵਾਬ ਦਿੰਦਾ, ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ, ਜਿਹਦੇ ਨਾਲ ਮੇਰਾ ਸੰਗ ਸੀ ਨਾ ਖੂਬਸੂਰਤੀ ਤੇ ਸਾਰੀ ਉਹਦੀ ਸੀ, ਉਹਦੀ ਬਖਸ਼ਿਸ਼ ਸੀ, ਇਹ ਕਮਲ ਦੇ ਫੁੱਲ ਉਹਦੀ ਦੇਣ ਸੀ, ਇਹ ਸੁਹਾਵਣਾ ਸਭ ਕੁਝ ਉਧਰੋਂ ਆ ਰਿਹਾ ਸੀ, ਲੱਗਦਾ ਕੋਈ ਟੋਇਆ ਆ ਗਿਆ, ਲੱਗਦਾ ਕੋਈ ਟਿੱਲਾ ਆ ਗਿਆ, ਸਾਡੇ ਵਿਚਕਾਰ ਸੰਬੰਧ ਟੁੱਟ ਗਿਆ। ਤੇ ਜਿਵੇਂ ਸੰਬੰਧ ਟੁੱਟਿਆ ਪੱਲੇ ਆ ਕੁਝ ਰਹਿ ਗਿਆ, ਧੁੱਪ ਨੇ ਸਾਰਾ ਪਾਣੀ ਸੁਕਾ ਦਿੱਤਾ, ਮੱਛੀਆਂ ਮਰ ਗਈਆਂ, ਬੋ ਭਰ ਗਈ, ਕਮਲ ਦੇ ਫੁੱਲ ਮੁਰਝਾ ਗਏ, ਸੜ ਗਏ, ਸਾਰੇ ਪੰਛੀ ਦੌੜ ਗਏ, ਤੇ ਆਹ ਕੁਝ ਰਹਿ ਗਿਆ, ਹੁਣ ਮੇਰੇ ਕੋਲ ਕੋਈ ਨਹੀਂ ਆਉਂਦਾ, ਹੁਣ ਮੇਰੇ ਕੋਲ ਕੋਈ ਨਹੀਂ ਬੈਠਦਾ, ਹੁਣ ਮੇਰਾ ਦੁੱਖ ਕੋਈ ਨਹੀਂ ਪੁੱਛਦਾ। ਇਹ ਪੱਬਰ ਕੌਣ ਹੈ, ਇਹ ਅਸੀਂ ਹਾਂ ਔਰ ਕੌਣ ਹੈ? ਜਦ ਤੱਕ ਤੇ ਅਸੀਂ ਰਹਿੰਦੇ ਹਾਂ ਰੱਬ ਦੇ ਕੋਲ ਕੋਲ, ਉਦੋਂ ਤੇ ਬੜੇ ਸੋਹਣੇ ਗੁਣ ਰੂਪੀ ਕਮਲ ਦੇ ਫੁੱਲ ਸਾਡੇ ਕੋਲ ਲੋਕੀ ਬਹਿਣਾ ਚਾਹੁੰਦੇ ਨੇ, ਉਹਨਾਂ ਕੋਲ ਬੈਠੇ ਮਨ ਨੂੰ ਸ਼ਾਂਤੀ ਮਿਲਦੀ ਹੈ। ਅੱਗੇ ਸਿੱਖ ਬੈਠਾ ਹੁੰਦਾ ਸੀ ਨਾ, ਲੋਕੀ ਆ ਕੇ ਬਹਿੰਦੇ ਸਨ, ਇਹਦੇ ਕੋਲ ਬੈਠੀਏ ਇਹਦੀ ਛੋਹ ਦੇ ਨਾਲ ਹੀ ਸਾਡਾ ਪਾਰ ਉਤਾਰਾ ਹੋ ਜਾਣਾ ਹੈ, ਇਹ ਵਿਸ਼ਵਾਸ ਸੀ ਲੋਕਾਂ ਦਾ। ਪਰ ਜਿਵੇਂ ਟੁੱਟੇ ਬੋ ਨਾਲ ਭਰ ਗਏ, ਹੁਣ ਸਾਡੇ ਮੂੰਹ ਚੋਂ ਬੋ, ਸਾਡੇ ਅੱਖਾਂ ਚੋਂ ਬੋ, ਸਾਡੇ ਕੰਨਾਂ ਚੋਂ ਬੋ ਬਾਹਰ ਆਉਂਦੀ, ਕਿੰਨਾ ਮਾੜਾ ਬੋਲਦਾ, ਦੌੜ ਜਾਈਏ, ਇਹਦੀ ਦੇਖਣੀ ਕਿੰਨੀ ਮਾੜੀ ਹੈ, ਕਿਉਂ? ਕਿਉਂਕਿ ਟੁੱਟਿਆ ਹੋਇਆ। ਸਤਿਗੁਰ ਚਾਹੁੰਦੇ ਨੇ ਵੀ ਅਸੀਂ ਇਸ ਢੰਗ ਦੇ ਨਾਲ ਬੋ ਨਾਲ ਨਾ ਭਰ ਜਾਈਏ, ਇਸ ਕਰਕੇ ਮੇਰੇ ਮਾਲਕ ਕਹਿੰਦੇ ਨੇ ਸਦਾ ਰਹੋ ਹਰ ਨਾਲੇ, ਰੱਬ ਦੇ ਨਾਲ ਜੁੜਿਆ ਰਹਿ ਤਾਂ ਕਿ ਤੇਰੇ ਸ਼ੁਭ ਗੁਣ ਬਣੇ ਰਹਿਣ। ਬਹੁਤ ਸਾਰੇ ਪ੍ਰਮਾਣ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਚੱਕੀ ਦੀ ਉਦਾਹਰਣ ਦਿੱਤੀ ਮੇਰੇ ਮਾਲਕ ਨੇ ਗੁਰਬਾਣੀ ਵਿੱਚ, ਸਾਰੇ ਦਾਣੇ ਪਿਸ ਗਏ ਪਰ ਕਿੰਨੇ ਘੰਟੇ ਚੱਕੀ ਚੱਲਦੀ ਰਹੀ, ਕੁਝ ਦਾਣੇ ਫਿਰ ਠੀਕ ਠਾਕ। ਬੜਾ ਹੈਰਾਨ ਹੋਇਆ, ਉਹਨੇ ਫਿਰ ਚੱਕੀ ਚਲਾ ਦਿੱਤੀ, ਫਿਰ ਦੇਖਿਆ ਦਾਣੇ ਫਿਰ ਠੀਕ ਠਾਕ। ਸਿਆਣੇ ਨੇ ਕਿਹਾ ਤੂੰ ਨਹੀਂ ਪੀ ਸਕਦਾ, ਤੂੰ ਨਹੀਂ ਪੀ ਸਕਦਾ, ਕਿਉਂ? ਇਹਨਾਂ ਨੇ ਕਿੱਲੀ ਨਹੀਂ ਛੱਡੀ, ਇਹ ਕਿੱਲੀ ਦੇ ਨਾਲ ਲੱਗੇ ਰਹੇ, ਜਦ ਤੱਕ ਇਹ ਕਿੱਲੀ ਦੇ ਨਾਲ ਲੱਗੇ ਰਹਿਣਗੇ ਤੇਰੀ ਚੱਕੀ ਇਹਨਾਂ ਨੂੰ ਨਹੀਂ ਪੀ ਸਕਦੀ। ਇਸੇ ਢੰਗ ਦੇ ਨਾਲ ਜਿਹੜਾ ਹਰੀ ਦੇ ਨਾਲ ਲੱਗਿਆ ਰਹੇਗਾ ਨਾ, ਉਹ ਨਹੀਂ ਪੀਸਿਆ ਜਾਏਗਾ, ਉਹਦੇ ਜੀਵਨ ਦਾ ਆਨੰਦ ਨਹੀਂ ਕਿਤੇ ਵੀ ਜਾਏਗਾ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਸਾਨੂੰ ਕਹਿ ਰਹੇ ਨੇ ਇਸ ਦੂਜੀ ਪੌੜੀ ਵਿੱਚ ਵੀ ਆਨੰਦ ਰਹਿਣ ਦਾ, ਆਨੰਦਿਤ ਰਹਿਣ ਦਾ ਆ ਦੂਜਾ ਨੁਕਤਾ ਆਪਣੇ ਜੀਵਨ ਵਿੱਚ ਅਸੀਂ ਕਮਾ ਲਈਏ, ਹਮੇਸ਼ਾ ਹਰੀ ਦੇ ਨਾਲ ਲੱਗੇ ਰਹੀਏ। ਅੱਜ ਅਸੀਂ ਹਰੀ ਦੇ ਨਾਲ ਲੱਗੇ ਕਿ ਨਹੀਂ ਲੱਗੇ, ਇਹ ਅਸੀਂ ਆਪ ਦੇਖਣਾ।
ਨਿਤਨੇਮ ਦੇ ਨਾਲ ਲੱਗੇ ਕਿ ਨਹੀਂ ਲੱਗੇ, ਅੰਮ੍ਰਿਤ ਵੇਲੇ ਦੇ ਨਾਲ ਲੱਗੇ ਕਿ ਨਹੀਂ ਲੱਗੇ, ਰੋਜ਼ ਗੁਰਦੁਆਰਾ ਸਾਹਿਬ ਆਉਣਾ ਅਸੀਂ ਉਹਦੇ ਨਾਲ ਜੁੜੇ ਕਿ ਨਹੀਂ ਜੁੜੇ, ਕੀਰਤਨ ਕਥਾ ਦੇ ਨਾਲ ਜੁੜੇ ਕਿ ਨਹੀਂ ਜੁੜੇ, ਜੋ ਵਿਚਾਰਧਾਰਾ ਹੈ ਉਹਦੇ ਨਾਲ ਅਸੀਂ ਜੁੜੇ ਕਿ ਨਹੀਂ ਜੁੜੇ, ਉਹਦੇ ਅਨੁਸਾਰ ਅਸੀਂ ਜੀਵਨ ਬਣਾਇਆ ਕਿ ਨਹੀਂ ਬਣਾਇਆ। ਜੇ ਤੇ ਬਣਾ ਲਵਾਂਗੇ ਤਾਂ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਤੁਹਾਡੇ ਅੰਦਰ ਵੀ ਆਨੰਦ ਆ ਜਾਏਗਾ। ਸਤਿਗੁਰੂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ? ਆਹ ਤਰੀਕਾ ਹੈ, ਹਮੇਸ਼ਾ ਹਰੀ ਦੇ ਨਾਲ ਲੱਗੇ ਰਹੀਏ ਜੀ।